चंगा जमीन तू माड़ा मोटा घर किसी ने नहीं आप नबेड़ नहीं है हुण काम भाई आप किसी की रीस थोड़ा गई आप इधर ला लै इधर ला 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 भाई पहली कुड़े तू भी लग जा इधर लै फड़ बहुत ध्यान ना ला नाले सिखा बिक्की इन्हां नूं कोई माड़ा मोटा कई बार आसे पासे करता लैन माड़ा मोटा काम तो जानन मैं बापू लैन मार यार लैन तो लैन मार सीधी रखी सीधी मार इधर करती ने बाबू बहुत वधिया इतकी मोटी है हां हां मैं उस पिछली बार ना पिचकी जी देती अद्धे घंटे में बिच्चू ही मच गई होर जड़ी पिछली लाई सी ओदा कोई ज्यादा वधिया नहीं सी आ खैर ठीक है हजे बापू होर पापा ओद नहीं हैगी दे विच जगह ना छो ला फड़ और पाली पुत इधरली साइड ला माड़ा जा डूंगी मार लैन इधरों बिक्की दा आपदे आले पासे नबेड़ के बीज के गए है चके मूह आ जाने मूलिया लैन जब घरे कर कल दी कल सब्जी लेगा तोड़ के बापू नाल बिच बिद गया सारा कुछ घर चाहे मगरों लुट के लै जान लोग पर थोनू कानू सुरत रही है एह जा बिकी एह जा तू है बापू मैं सारा काम धंधे करता रहना यार काम धंधे मैं जानता ही हाँ तेरे काम धंधे केड़े काम धंधे कर दें तू सारा दिन काम तो बेल नहीं आप पाओ तो पाकुड़े भाई बट ना हो गया तेरा टाइम है भेजे तेन सब्जी लैन सी मैं उन्होंने दिती नहीं मैं चोर चोर कहते ने नहीं कि मैं उन्होंने कहता उन्होंने पता नहीं मैं कौन है ए चोर के मैं कहता अब तेरे बाप चीज लेके गई ने आप दे मेरी ना जा रही है मैं बापू टाइम चोर नहीं कहना सी नाले हां फिर इदी मां पता कि नहीं लड़ाया सारा को दसदा करे आके ओ दस दे फिर काम ता चोर आले कर दे ने दसदा ना जदी लड़न आ जुगी ओ आ जावे फिर कोई नहीं जदी जब मैं जदी तो डरदा तैनू नहीं पता हैगा बड़ी खराब आ भाई आ कट ला कुड़े बापू ओ देखो तुसी बोलया ना ओ आ रही है ओदी आ जे भाई फिर डरदा तुसी सारे लग जाओ मेरे नाल रह गया
ਕਹਿੰਦਾ ਕੀ ਗੱਲ ਹੋ ਗਈ ਅਸੀਂ ਇੰਨਾ ਤੁਹਾਡੇ ਨਾਲ ਉਹ ਕਰਦੇ ਮੈਂ ਕਿਸੇ ਚੀਜ਼ ਨੂੰ ਜਵਾਬ ਦਿੱਤਾ ਕੀ ਹੋ ਗਿਆ ਭਾਬੀ ਤੈਨੂੰ ਹੁਣ ਨਾ ਮੇਰੇ ਮੈਂ ਮੜੀ ਸਬਜ਼ੀ ਮੰਗਿਆ ਫਿਰ ਕਿਉਂ ਗਏ ਤੁਸੀਂ ਸਾਡੇ ਆਉਂਦੇ ਨਹੀਂ ਹੈਗੇ ਚੀਜ਼ ਵਾਸਤੇ ਲੈਣ ਓ ਭਾਬੀ ਗੱਲ ਸਬਜ਼ੀ ਤੋੜਨੀ ਮੇਰੀ ਗੱਲ ਸੁਣ ਲੈ ਬਾਹਰ ਨਾ ਬੋਲ ਆ ਦੇਖ ਲੈ ਸਾਰਾ ਕਿਵੇਂ ਮਿੱਧਿਆ ਪਿਆਗਾ ਸਾਰਾ ਕੁਝ ਹੁਣ ਜਵਾਖਾਂ ਨੂੰ ਭੇਜ ਦਿੰਨੇ ਹੋ ਤੁਸੀਂ ਤਾਂ ਹੁਣ ਇਹਨਾਂ ਨੂੰ ਕੀ ਤੋੜਨ ਦਾ ਚਾਚਾ ਫਿਰ ਤੁਸੀਂ ਪੱਟ ਤੁਹਾਨੂੰ ਕੀ ਹੁੰਦਾ ਸੀ ਇੰਨਾ ਟਾਈਮ ਨਹੀਂ ਹੈਗਾ ਸਾਡੇ ਕੋਲੇ ਤੋੜਨ ਨੂੰ ਦੇਣ ਦਾ ਸਾਡੇ ਕੋਲੇ ਟਾਈਮ ਕਿਵੇਂ ਮਿਲ ਜਾਂਦਾ ਤੁਹਾਨੂੰ ਕੰਮ ਕਰਨੇ ਸੰਦਾ ਫਿਰ ਇਹੀ ਕੰਮ ਰਹਿ ਗਏ ਸਾਂਡੀਆਂ ਗਵੰਡੀਆਂ ਨੂੰ ਸਬਜ਼ੀਆਂ ਵੰਡਣ ਨਾਲੇ ਉਹ ਤਾਂ ਛੱਡੋ ਕੋਈ ਗੱਲ ਨਹੀਂ ਸੀ ਸਬਜ਼ੀ ਵੀ ਲੈ ਆਵਾਂਗੇ ਪਹਿਲਾਂ ਕਿਹੜਾ ਥੋਟੀਆਂ ਸਬਜ਼ੀਆਂ ਖਾਣੇ ਆ ਨਾ ਮੁੰਡੇ ਨੂੰ ਚੋਰ ਪਰਖਣ ਦੀ ਕੀ ਲੋੜ ਸੀ ਤੁਹਾਨੂੰ ਚੋਰ ਬੋਲਣ ਨੂੰ ਤਾਂ ਇੱਥੇ ਆ ਗਈ ਆ ਪਰਸੋਂ ਪਤਾ ਮੇਰੇ ਝੁੰਕੇ ਲੈ ਗਿਆ ਚੱਕ ਕੇ ਸੋਨੇ ਦੇ ਤਾਂ ਨਹੀਂ ਸੀ ਨਾਲੇ ਉਹਦੀ ਥੱਪੜ ਤੇ ਮੈਨੂੰ ਕਿਉਂ ਨਹੀਂ ਦੱਸਿਆ ਵੀ ਚੋਰ ਵੀ ਝੁੰਕੇ ਲੈ ਗਿਆ ਚੱਕ ਕੇ ਮੈਨੂੰ ਦੱਸਣਾ ਸੀ ਨਾ ਮੈਂ ਆਪੇ ਤਾੜਦੀ ਪਹਿਲੀ ਗੱਲ ਤਾਂ ਤੁਹਾਨੂੰ ਮਾੜੀ ਮੋਟੀ ਬੋਲਣ ਪਤਾ ਹੋਣਾ ਚਾਹੀਦਾ ਕਿ ਜਵਾਬ ਨੂੰ ਕੀ ਬੋਲਣਾ ਚਾਹੀਦਾ ਉਹ ਭਾਈ ਅਸੀਂ ਉਹੀ ਨਹੀਂ ਬੋਲਦੇ ਹੈਗੇ ਸਾਡਾ ਕਿਹੜਾ ਦਿਮਾਗ ਹਿੱਲਿਆਗਾ ਦਿਮਾਗ ਹਿੱਲਿਆ ਜਵਾਬ ਨੂੰ ਸਮਝਾਉਣਾ ਚਾਹੀਦਾ ਨਾ ਕਿ ਐਂ ਬੋਲਣਾ ਚਾਹੀਦਾ ਅਸੀਂ ਥੋੜਾ ਸਮਝਾਈਏ ਹੁਣ ਸਾਡਾ ਥੋੜਾ ਇਹ ਤੇਰਾ ਭਾਈ ਤੂੰ ਸਾਹ ਤੂੰ ਸਮਝਾ ਇਹਨੂੰ ਤੁਸੀਂ ਤਾਂ ਆਪਦਾ ਮੰਨਿਆ ਨਹੀਂ ਨਾ ਤੁਸੀਂ ਵੀ ਸਮਝਾ ਸਕਦੇ ਬੱਟਾ ਤਾਂ ਕੋਈ ਵੀ ਹੋਵੇ ਬੱਟਾ ਸਮਝਾ ਸਕਦਾ ਹੁੰਦਾ ਛੋਟਿਆਂ ਨੂੰ ਆਪਦਾ ਤੇਰਾ ਮੇਰੇ ਚ ਕੀ ਗੱਲ ਅਹੀਂ ਕਿਹਾ ਵੀ ਫਿਰ ਬਾਪੂ ਨੇ ਕਿਵੇਂ ਕਹਤਾ ਤੇਰਾ ਮੇਰਾ ਭਾਬੀ ਕਿਉਂ ਪੁੱਟ ਤੇ ਮੱਟਕੇ ਨੂੰ ਹੋਣਾ ਉਹ ਤੇਰਾ ਭਾਈ ਤੇਰਾ ਮੁੰਡਾ ਨਾ ਤੇਰਾ ਹੀ ਵੱਜੂਗਾ ਹੁਣ ਸਾਡਾ ਥੋੜਾ ਵੱਜੂਗਾ ਫਿਰ ਸਮਝਾ ਤਾਂ ਸਕਦੇ ਹੋ ਤੁਸੀਂ ਵੀ ਵੱਟੇ ਹੋ ਉਹ ਸਮਝਾਈਏ ਤਾਂ ਭਾਈ ਜੇ ਸਾਡੀ ਕੋਈ ਮੰਨੇ ਸਾਨੂੰ ਤਾਂ ਲੋੜ ਨਹੀਂ ਹੈਗੀ ਆਪ ਚੀਜ਼ ਵਸਤੂ ਦੀ ਲਿਆਉਣੇ ਲੋੜ ਨਹੀਂ ਨਾ ਤਾਂ ਅਸੀਂ ਤੁਹਾਡੇ ਚੀਜ਼ ਲੈ ਕੇ ਜਾਈਏ ਨਾ ਤੁਸੀਂ ਸਾਡੇ ਘਰੇ ਆਇਓ ਚਲ ਵਧੀਆ ਖੜਾ ਛੁੱਟਿਆ ਠੀਕ ਹੈ ਭਾਈ ਜੇ ਤੂੰ ਭਾਬੀ ਕਿਉਂ ਲੜੀ ਨਹੀਂ ਆ ਰਹੇ ਉਹੀ ਪਿੰਡ ਗੱਲ ਤੋਂ ਜੁੰਡਮ ਜੁੰਡੇ ਹੋ ਜਾਉਂਗੀਆਂ ਮੈਨੂੰ ਨਹੀਂ ਲੋੜ ਹੈਗੀ ਇਹਨਾਂ ਦੀ ਆਪ ਤਾਂ ਮੈਂ ਫੜਾਇਆ ਹੁਣ ਤੇ ਘਰੇ ਫੜਾਇਆ ਹੁਣ ਸਬਜ਼ੀ ਤੇ ਲੋੜ ਹੋਈ ਲੋੜ ਨਹੀਂ ਹੈਗੀ ਸਾਨੂੰ ਤਾਂ ਤੁਹਾਡੀ ਸਬਜ਼ੀ ਦੀ ਫੇ ਬਾਗ ਜਾ ਲੈ ਆਇਆ ਕਰਾਂ ਮੰਡੀ ਜਾ ਉਹ ਤਾਂ ਤੀਜੇ ਕਿਦਾਂ ਇਹਨੇ ਮੰਗਣਾ ਹਾਂ ਨਾ ਆਪ ਬੀਜਣਾ ਆਪ ਵੇਲੇ ਰਹਿੰਦੇ ਨੇ ਏਸੀ ਚ ਪਏ ਰਹਿੰਦੇ ਨੇ ਸਾਰਾ ਨਾ ਮੰਗਣਾ ਇਹਨੇ ਉਹ ਜਵਾਕ ਸਾਹਮ ਇਹਨਾਂ ਨੂੰ ਕਹਿ ਸਾਡੇ ਖੇਤ ਨਾ ਲੋੜ ਨੀ ਤੁਹਾਡੇ ਖੇਤਾਂ ਚ ਵੜਨ ਦੀ ਸਾਡੇ ਘਰੇ ਆਉਣ ਦੀ ਕੋਈ ਲੋੜ ਨੀ ਹੈਗੀ ਅਸੀਂ ਤੁਹਾਡੇ ਘਰੇ ਆ ਕੇ ਕੀ ਕਹਿਣਾ ਸਾਡਾ ਆਪ ਤੇ ਨੀ ਮੁੱਕਦਾ ਤੈਨੂੰ ਮੈਂ ਦਿਖਾਉ ਬਾਪੂ ਜੇ ਸਾਡੇ ਘਰੇ ਹੋਏ ਤੁਸੀਂ ਉਹ ਚੰਗਾ ਬਾਬਾ ਵਗ ਜਾ ਸਾਰਾ ਟੱਬਰ ਹੀਟਰ ਲਾ ਕੇ ਅੰਦਰ ਪਏ ਰਹਿੰਦੇ ਤੁਸੀਂ ਸ਼ਰਮ ਨੀ ਆਉਂਦੀ ਹੈਗੀ ਕਿਵੇਂ ਮੈਂ ਸਹੁਰੇ ਨਾਲ ਜਿੱਦਦੀ ਆ ਆਪਦੇ ਨਾਲ ਕਿੰਨੀ ਲੜਾਕੀ ਹੈ ਬਾਪੂ ਦੇਖ ਲੈ ਲੜਾਕੀ ਹੈ ਲੜਾਕੀ ਨੀ ਭਾਈ ਇਹ ਤਾਂ ਗੱਲ ਤਾਂ ਐ ਵੀ ਅਸੀਂ ਬੋਲਦੇ ਨੀ ਹੈਗੇ ਤਾਂ ਬੋਲੀ ਜਾਂਦੇ ਨੇ ਇਹ ਹੈ ਜਮੀ ਨੀ ਸ਼ਰਮਸਾਰ ਹੈਗੀ ਕਿਸੇ ਚੀਜ਼ ਦੀ ਕੀ ਬਾਪੂ ਦੇਖ ਲੈ ਨਾਲੇ ਚਾਹ ਵਾਲਾ ਮੇਰਾ ਮਾਰ ਕੇ ਤੁਰ ਗਈ ਤੈਨੂੰ ਕੀ ਲੋੜ ਹੁੰਦੀ ਸੀਗੀ ਘਰੇ ਸਾਨੂੰ ਕਹਿ ਦੇ ਕਿ ਦੋ ਬੈਠੇ ਮੇਰਾ ਹੁਣ ਨੇੜੇ ਸੀਗਾ ਖੇਤ ਦੇ ਹੁਣ ਬੰਦਾ ਆਂਢ ਗੁਆਂਢ ਪਾਣੀ ਭਰਨ ਬਾਗੇ ਜਾਂਦਾਗਾ ਉਹ ਕਹਿੰਦੇ ਕਹਿੰਦੇ ਇੱਕ ਦਿਨ ਮੈਂ ਚਾਹ ਖੇਤੀ ਇਹੀ ਗੱਲ ਲੈ ਹੁਣ ਕਹਿ ਗਈ ਨਹੀਂ ਗੱਲ ਪਿੱਛੇ ਕਹਾਰੇ ਨਾ ਤੁਸੀਂ ਨਾ ਅੱਗੇ ਤੋਂ ਨਹੀਂ ਜਾਂਦੇ ਕੀ ਲੋੜ ਅਗਲਾ ਜਦੋਂ ਆਪਾਂ ਨੂੰ ਐ ਕਰਦਾਗਾ ਹਾਂ ਨਾਲੇ ਇਹਦਾ ਸਰਨਾ ਨਹੀਂ ਹੈਗਾ ਆ ਫੇਰ ਆ ਜਾਣਾ ਮੂੰਹ ਚੱਕ ਕੇ ਇਹਨੇ ਦੂਜੇ ਦਿਨ ਛਾਲਾਂ ਚ ਕਰ ਰੱਖੀਆਂ ਨੇ ਸਾਡੀਆਂ ਅਸੀਂ ਕਿਹਦੇ ਨੂੰ ਸਮਝਾਈ ਜਾਈਏ ਚੱਲ ਭਾਈ ਹੁਣ ਤੁਸੀਂ ਆਹ ਛੱਡੋ ਤੂੰ ਘਰੇ ਜਾ ਕੇ ਆਪਦਾ ਰੋਟੀ ਪਾਣੀ ਦਾ ਕਰੋ ਅਸੀਂ ਆਉਂਦੇ ਹਾਂ ਕੋਈ ਚੱਲ ਪ੍ਰਿਆ ਜਾਓ ਰੋਟੀ ਬਣਾਓ ਜਾ ਕੇ ਅਸੀਂ ਲਾਉਂਦੇ ਆਪੀ ਹੋਰ ਬਹੁਤ ਅੱਡੀ ਤੁਹਾਡਾ ਧੰਨਵਾਦ ਹੈ ਜਿਹੜਾ ਇੰਨੇ ਲਵਾ ਗਈ ਕੈਰੀ ਲਵਾ ਗਏ ਵਧੀਆ ਆ ਜਾ ਠੀਕ ਹੈ ਨਾ ਬਾਪੂ ਖਿੱਚ ਕੇ ਨਾ ਮੜਾ ਕੰਮ ਤੂੰ ਮੰਗ ਰਹੀ ਤੁਰਿਆ ਫਿਰਦਾ ਉਹ ਮੰਗ ਰਿਹਾ ਇੰਨਾ ਕਰਕੇ ਇਹਨਾਂ ਨੂੰ ਪਤਾ ਨਹੀਂ ਸਦਾ ਨਹੀਂ ਜੋ ਖਾਂ ਬਾਪੂ ਐਤਕੀ ਫੱਕ ਗਾਰੰਟੀ ਵਾਲੀ ਦਿੱਤੀ ਹੈ ਪੂਰੀ ਉਹਨੇ ਅੱਛਾ ਕਹਿੰਦਾ ਮੇਰੀ ਗਾਰੰਟੀ ਆਏ ਗੰਡਾ ਨਿਸਰ ਜੇ ਜਾ ਕਹਿੰਦਾ ਖਰਾਬ ਹੋ ਜੇ ਵਧੀਆ ਹੋਊਗੀ ਫਿਰ ਤਾਂ ਹਾਂ ਕਹਿੰਦਾ ਮੈਂ ਪੈਸੇ ਸਾਰੇ ਦੁੱਗਣੇ ਮੋੜੂ ਕਹਿੰਦਾ ਪੌਦੇ ਮੈਂ ਫੇਰ ਸਵਾਦ ਵੀ ਉੱਥੇ ਹੀ ਆਉਂਦਾ ਚੀਜ਼ ਲੈਣ ਦਾ ਹਾਂ ਮੈਂ ਪੈਸੇ ਉਹਨੂੰ ਮੈਂ ਵੀ ਕਹਤਾ ਮੈਂ ਚਾਹੇ ਵੱਧ ਲੈ ਲਾ 10 ਰੁਪਏ ਆਵੇ ਠੀਕ ਆ ਕੱਲ ਨੂੰ ਮੈਂ ਉਹ ਗੱਲ ਨਾ ਹੋਵੇ ਹਾਂ ਉਹ ਇਹਦਾ ਹੈ ਕਹਿੰਦਾ ਠੀਕ ਆ ਸਾਰਾ ਦੂਜਿਆਂ ਨਾਲ ਵੱਧ ਦੇ ਕੇ ਸਭ ਖਾਣੇ ਨੇ ਹੋਰ ਐ ਤਾਂ ਕੁਛ ਨਹੀਂ ਆ ਵਿੱਕੀ ਜੇ ਬੰਦਾ 10 20 ਰੁਪਏ ਵੱਧ ਕਹਿ ਕੇ ਮੰਗ ਕੇ ਲੈ ਲੇ ਨਾ ਉਹਦੇ ਵਰਗਾ ਦੁੱਖ ਨਹੀਂ ਹੈਗਾ ਬਾਈ ਹੈ ਜਦੋਂ ਅਗਲਾ ਨਾਲੇ ਚੀਜ਼ ਖਰਾਬ ਮਿਲ ਜੇ ਉਤੋਂ ਕੰਮ ਦੀ ਨਾ ਹੋਵੇ ਫਿਰ ਕਾਹਦਾ ਦੁੱਖ ਗਾਲਾਂ ਹੀ ਨਿਕਲਦੀਆਂ ਨੇ ਮੂੰਹ ਚ ਉਹ ਤਾਂ ਹੈਗੀ ਹੈ ਗੱਲ ਬਾਪੂ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਜੀ ਅਤੇ ਜਿਹੜੇ ਜਿਹੜੇ ਆਪਣੇ ਜੱਟ ਭਰਾਵਾਂ ਨੇ ਗੰਢੇ ਲਾਇਆ ਖੇਤਾਂ 'ਚ ਉਹ ਸਾਨੂੰ ਕਮੈਂਟ ਜ਼ਰੂਰ ਕਰਿਓ ਜੀ
बाकी जिहड़े सानू सोहणे सोहणे कमेंट करदे ने जी उन्हां दे नाम ने जसमीत कौर, सरजीत भंगू, अर्श गिल, रविंदर सिंह, मेजर दलजीत खटड़ा, मनमीत कौर, अंश रमिंदर कौर, किरणपाल कौर किरना, साजन दिलप्रीत सिंह, करनैल सिंह, दीपक मनकू, जयरूप, दर्शन सिंह, सुखजोत, कुलविंदर नागरा, जश गिल, नैन खान, हस्तेंद्र पठानी, राणा साहू, जगजीत सिंह, सतनाम सिंह मान, जीवनजोत कौर, जे एस सिद्धू। थैंक यू जी सानू जिहड़े सोहणे सोहणे कमेंट करदे ने। बाकी इदां ही सानू कमेंट सोहणे सोहणे तुसीं करदे रहो तां कि असीं नवीआं नवीआं जिहड़ीआं वधिया तों वधिया वीडियो ने ओह तुहाडे सामणे लै के पेश होंदे रहीए। थैंक यू, मेहरबानी, बाय। खबरां लग गईआं।